हाँ जी ਤੁਸੀਂ ਚਲਾਉਂਦੇ ਹੋ ਟਰਾਲੀ? ਹਾਂਜੀ ਟਰਾਲੀ ਵੀ ਸਾਡੀ ਤੇ ਰੇਤ ਵੀ ਸਾਡੀ ਆ ਭਾਈ। ਅੱਛਾ ਜੀ, ਕਿੰਨੇ ਦੀ ਟਰਾਲੀ? ਇਹ 2500 ਰੁਪਏ ਦੀ ਛੋਟੀ ਆ ਟਰਾਲੀ ਭਾਈ। 2500 ਕਿੰਨਾ ਹੁੰਦਾ? 55 ਪੜਿਆ ਨਹੀਂ ਤੁਸੀਂ? 25 ਹਾਂਜੀ, ਯਾਨੀ ਕਿ 2500 2000 ਤੇ 500। ਹਾਂਜੀ 2500 ਦੀ। ਅੱਛਾ ਜੀ, ਹਾਂਜੀ ਤੇ ਪਿੱਛੋਂ ਵੀ ਮੈਂ ਇੱਕ ਵਾਰ ਟਰਾਲੀ ਲੈ ਕੇ ਗਿਆ, ਇੱਥੋਂ ਜ਼ਿਆਦਾ ਕਿਰਕ ਵਾਲੀ ਦੇਤੀ ਸੀ ਉਹਨਾਂ ਨੇ। ਤੇ ਅੱਗੋਂ ਕਿਉਂ ਨਹੀਂ ਲੈ ਕੇ ਗਏ? ਭਾਜੀ ਪਤਾ ਕੀ ਆ, ਉੱਥੇ ਮਕਾਨ ਬਣਨ ਦਾ, ਮਿਸਤਰੀ ਲੱਗੇ ਨੇ, ਸਾਨੂੰ ਚਾਹੀਦੀ ਹੈ ਟਰਾਲੀ, ਤੇ ਕੁਛ ਘੱਟ ਕਰੋ ਤੁਸੀਂ ਵੀ, ਤੁਸੀਂ ਗੱਲ ਵੀ ਘੱਟ ਕਰੋ ਨਾ, ਤੇ ਤੁਸੀਂ ਆਉਂਦੇ ਵੀ ਘੱਟ ਕਰਾਉਣ ਲੱਗ ਗਏ। ਅੱਧੀ ਕਿੰਨੇ ਦੀ ਹੈ? ਅੱਧੀ ਟਰਾਲੀ ਅੱਧੀ ਕਿੰਨੇ ਦੀ? 1250 ਦੀ। ਤੇ ਅੱਧੀ ਤੋਂ ਅੱਧੀ ਲੈਣੀ ਹੋਵੇ 650 ਦੀ। ਇਹ ਦੋ ਪੀਪਾ ਕਿੰਨੇ ਦਾ? ਇੱਕ ਪੀਪਾ ਨਹੀਂ ਹੁੰਦਾ, ਪੀਪਾ ਵੀ ਦੇ ਦਿੰਦੇ? ਉਹ ਭਾਈ ਪੀਪੇ ਨਹੀਂ ਦਿੰਦੇ ਇੱਥੇ ਸਾਡੇ, ਇਹ ਸਾਰੀ ਟਰਾਲੀ ਦੀ ਗੱਲ ਹੁੰਦੀ ਆ। ਅਸੀਂ ਤੂੰ ਭਾਂਡੇ ਧੋਣ ਲਈ ਲੈਣੀ ਭਾਂਡੇ ਧੋਣ ਵਾਲੀ ਲੈਦਾ ਹੁੰਦੀ ਲੈਦਾ ਇਹੋ ਹੀ ਹੁੰਦੀ ਆ, ਉਹ ਕਿਹੜਾ ਕਿਤੇ ਲੈਦਾ ਕੰਪਨੀ ਬਣਾਉਂਦੀ ਆ। ਇੱਥੇ ਮੈਨੂੰ ਇਹਦੇ ਕੋਲ ਖਲੋ ਕੇ ਪਹਿਲੇ ਮੈਨੂੰ ਚੈੱਕ ਕਰਾਓ ਥੋੜ੍ਹੀ ਜਿਹੀ। ਲੈ ਚੈੱਕ ਫੱਕਾ ਮਰਵਾਵਾਂ ਤੈਨੂੰ, ਇੱਦਾਂ ਚੈੱਕ ਹੁੰਦੀਆਂ ਭਾ ਇਹ ਸਾਰੇ ਆ ਡੀ ਐਚ ਏ ਅਤੇ ਡਿਫੈਂਸ ਅਤੇ ਸਾਡੀ ਸਾਰੀ, ਅਸੀਂ ਰੇਤ ਲਾਉਂਦੇ ਜਾ ਕੇ ਉੱਥੇ, ਤੁਸੀਂ ਜਾਂਦੇ ਹੋ? ਆਹਾ, ਤੁਹਾਨੂੰ ਕਿੱਦਾਂ ਚੈੱਕ ਕਰਾਂ, ਚਮਚੀ ਲਵਾਵਾਂ ਇੱਕ ਰੇਤ? ਮੈਂ ਕਹਿੰਦਾ ਕਿ ਥੱਲੋ ਮੈਨੂੰ ਦੇ ਕੱਢ ਕੇ, ਉਤਲੀ ਉਤਲੀ ਚੁੱਕ ਲਾ, ਥੱਲੋ ਦੇ ਕੱਢ ਕੇ, ਉੱਤੇ ਥੱਲੇ ਜਿਹੜੀ ਬੈਠੀ ਆ ਨਾ ਉਹ ਸਹੀ ਹੁੰਦੀ ਆ, ਉੱਤੇ ਤੁਸੀਂ ਬੂਟੀ ਲਾਈ ਹੈ। ਯਾਰ ਇਹ ਕੋਈ ਕਿੰਨੂ ਨਹੀਂ ਹੈਗੇ, ਸੇਬ ਨਹੀਂ ਹੈਗੇ ਜਿਹੜੇ ਅਸੀਂ ਚੰਗੇ ਉੱਤੇ ਅਤੇ ਗਲੇ ਥੱਲੇ ਲਾ ਦੇਣੇ। ਭਾਈ ਇੱਥੇ ਫਿਰ ਹੁੰਦਾ ਯਾਰ, ਤੂੰ ਤਾਂ ਬਹਿਸ ਕਰ ਰਿਹਾ ਭਾਈ ਆ, ਮੇਰੇ ਸਾਰੇ ਨਾਲ ਦੇ ਕੰਮ ਕਰਦੇ ਆ ਜੀ। ਅੱਛਾ ਜੀ, ਤੁਸੀਂ ਵੀ ਕਰਦੇ ਹੋ? ਹੈ ਸਾਰੀਆਂ ਟਰਾਲੀਆਂ ਤੁਸੀਂ ਦਿੰਦੇ? ਇਹ ਦੇਖੋ ਭਾਜੀ, ਇਹਦੇ 'ਚ ਨਾ ਕਿਰਕ ਜ਼ਿਆਦਾ ਹੈ ਯਾਰ, ਕਿਰਕ ਘੱਟ ਵਾਲੀ। ਯਾਰ ਤੂੰ ਐਂ ਕਰਕੇ ਵੇਖੀ ਜਿਹੜਾ ਵੇਖਿਆ ਵੀ ਕਿਰਕ ਨਹੀਂ, ਮੈਨੂੰ ਚਾਹੀਦੀ ਹੈ, ਮਤਲਬ ਮਕਾਨ ਵੀ ਬਣਾਉਣਾ, ਭਾਂਡੇ ਮਾਂਜਣ ਵਾਲੇ ਵੀ ਚਾਹੀਦੀ, ਅਤੇ ਗਲੀ ਵੀ ਬਣਾਉਣੀ ਹੈ, ਗਲੀ 'ਚ ਪਾਉਣ ਵਾਲੀ ਲਹਿਦਾ ਹੁੰਦੀ ਹੈ। ਯਾਰ ਤੂੰ ਸਾਡੇ ਲੋਕ ਕਵਰ 'ਤੇ ਲੈ ਲਈ, ਸਾਨੂੰ ਕੀ ਇਸਦੇ 'ਤੇ ਮੁੱਲ ਵੇਚ? ਪਤਾ ਨਹੀਂ ਬਹਿਸ ਕਰ ਰਿਹਾ, ਬਹਿਸ ਵਾਲੀ ਕਿਹੜੀ ਗੱਲ ਵਾ? ਚਲੋ ਕੋਈ ਗੱਲ ਨਹੀਂ, 2500 ਰੁਪਇਆ ਲੱਗਣਾ ਵਾ। 2500 ਨਹੀਂ, 2500 ਮੈਂ ਅੱਗੇ ਉੱਥੇ ਪਤਾ ਕੀਤਾ, ਉਹ ਮੈਨੂੰ 1600-1700 ਦੀ ਕਹਿ ਰਿਹਾ, ਅਤੇ ਉੱਥੇ ਚਲੇ ਜਾ, ਹੁਣ ਤੇਰੀ ਲੱਤ ਟੁੱਟ ਗਈ। ਉਹ ਮੈਨੂੰ ਸਹੀ ਨਹੀਂ ਸੀ ਲੱਗੀ। ਅੱਛਾ, ਟਰਾਲੀ ਤੋੜ ਜਾਏਗੀ ਗਲੀ ਦੇ ਵਿੱਚ? ਤੋੜ ਜਾਏਗੀ ਗਲੀ, ਕਿੱਧਰ ਕਲੋਨੀ ਕਿਹੜੀ ਆ? ਕਲੋਨੀ ਗਾਜ਼ੀਆਬਾਦ ਆ, ਉਹ ਗਲੀਆਂ ਤੰਗ ਨੇ, ਉੱਥੇ ਬਾਹਰ ਲਾਉਣੀ ਤੁਸੀਂ, ਅੱਗੋਂ ਖੋਤਿਆਂ 'ਤੇ ਜਾਣੀ ਆ, ਅਤੇ ਖੋਤੇ ਹੈਗੇ ਤੇਰੇ? ਇੱਥੋਂ ਲੈ ਜਾਓ ਬਾਲਟਿਆਂ 'ਚ ਪਾ ਕੇ, ਥੋੜ੍ਹੀ ਥੋੜ੍ਹੀ ਪੈਸੇ ਘੱਟ ਕਰ ਲਾਂਗੇ। ਨਹੀਂ ਅੱਗੋਂ ਖੋਤਿਆਂ 'ਤੇ ਜਾਂਦੀ ਨਾ, ਅੰਦਰ ਟਰਾਲੀ ਨਹੀਂ ਜਾਂਦੀ, ਮੈਂ ਇਸ ਲਈ ਕਹਿ ਰਿਹਾ। ਖੋਤੇ ਭਾਈ ਇਹ ਕਿਹੜਾ ਅਫਗਾਨਿਸਤਾਨ ਆ, ਹੁਣ ਖੋਤਾ ਕਿੱਥੇ ਲੱਭਦਾ? ਕਿਉਂ, ਖੋਤਾ ਕਿੱਥੇ ਗਿਆ? ਖੋਤਾ ਤਾਂ ਮੇਰੇ ਨਾਲ ਗੱਲਾਂ ਕਰਨ ਦੇ ਆ ਭਾਜੀ, ਦੇਖ ਲੈ।